ਮਤਲਬ ਸਵਾਦ ਆਏ ਬਣ ਦਾ ਰਾਤ ਦੇ ਵੱਜਦੇ ਆ 11 ਸਹੀ ਆ ਨਾ ਟਾਈਮ ਦੱਸ ਐਗਜ਼ੈਕਟ 11 ਵੱਜਦੇ ਨੇ ਰਾਤ ਦੇ ਤੇ ਅਸੀਂ ਚੱਲੇ ਕਿਤੇ ਆਪਣਾ ਵਲੌਗ ਸਟਾਰਟ ਕਰਨ ਲੱਗੇ ਜੀ ਵੈਲਕਮ ਬੈਕ ਟੂ ਟੂਰੋ ਵਲੌਗ ਆਪਾਂ ਚੱਲੇ ਆ ਮਿੱਤਰ ਨੂੰ ਮਿਲਣ ਹਨਾ ਸਲੀਮ ਯਾਰ ਦੋਸਤ ਆ ਰਿਹਾ ਮਿੱਤਰ ਆਇਆ ਕਾਫੀ ਟਾਈਮ ਬਾਅਦ ਪਾਕਿਸਤਾਨੀ ਮੁੰਡਾ ਯਾਰ ਦੋਸਤ ਨੂੰ ਇਹਦਾ ਮਿੱਤਰ ਆ ਮੈਂ ਵੀ ਮਿਲਣ ਲੱਗਾ ਡਿਨਰ ਲਈ ਚੱਲੇ ਆ ਡਿਨਰ ਕਰਨਾ ਹੀ ਆ ਹੁਣ ਮੇਰਾ ਭੁੱਖ ਲੱਗ ਗਈ ਬਹੁਤ ਦੇਰ ਤੇ ਬੜੀ ਭੁੱਖ ਲੱਗੀ ਆ ਇੰਨਾ ਟਾਈਮ ਦਾ ਅਸੀਂ ਕਦੇ ਕੱਢਿਆ ਹੀ ਨਹੀਂ ਰੋਟੀ ਵੀ ਨਾ ਬਟ ਲੇਟ ਕਰਾਦਾ ਉਹਨੇ 2 ਘੰਟੇ ਹੋ ਗਏ ਜੀ ਵੇਟ ਕਰਦੇ ਨੂੰ ਆ ਗਿਆ ਹੁਣ ਆ ਗਿਆ ਬਟ ਲੈ ਦੇ ਰਹੇ ਨੇ ਕੁਝ ਮੈਨੂੰ ਲੱਗਦਾ ਬਾਇ ਕਰ ਰਿਹਾ ਸੀਗਾ ਕੀ ਸਵੀਟ ਦੀਆਂ ਕੁਝ ਹੋਰ ਕੁਝ ਨਾ ਕੁਝ ਕਰ ਕਰਕੇ ਇੱਥੇ ਹੀ ਹੋਣਾ ਹਾਂ ਹਾਂ ਪੱਕਾ ਹਾਂ ਹਾਂ अफगानी रेस्टोरेंट है कहां खोलन जा रहा वा लेकिन खोलिया नहीं इहदा वेट करदे आ असीं इक सामने रोड क्रॉस करके अपनी बिल्डिंग दे नाल ही उत्थे आ के डिनर शिनर करदे आ वधिया माहौल बनाउने आ रात दे 11 वजदे आ ਤੁਹਾਨੂੰ ਬਾਹਰਲਾ ਮਾਹੌਲ ਦਿਖਾਦਾ ਮੈਂ ਲਾਈਵ ਕਿਉਂ ਸਲੀਮ ਇਹ ਵੀ ਰੈਸਟੋਰੈਂਟ ਖੁੱਲਣ ਜਾ ਰਿਹਾ ਨਵਾਂ ਲੇਕਿਨ ਇਹ ਖੁੱਲਿਆ ਨਹੀਂ ਹਲੇ ਵੇਟ ਕਰਦੇ ਆ ਅਸੀਂ ਤੇ ਜਾਵਾਂਗੇ ਅਸੀਂ ਉਹਦੇ ਠੀਕ ਹੋ ਗਿਆ ਗੱਲ ਇਹ ਆ ਹਾਂ ਉਹ ਆ ਰਿਹਾ ਤਾਂ ਮਿੱਤਰ ਨੇ ਬਣਾਇਆ ਸੀ ਲਾਇਸੈਂਸ ਹਾਂ ਫਿਰ ਉਹ ਦੁਬਾਰਾ ਖਰੀਦੀ ਸੀ ਗੱਡੀ ਆਈ ਨੇ ਲਈ ਆ ਗੱਡੀ ਮੈਂ ਲੈਕਸਸ ਭਾਈ ਨੇ ਲਈ ਆ ਲੈਕਸਸ ਸਪੈਸ਼ਲੀ ਆ ਆਪਣੇ ਕੋਲ ਦਿਖਾਉਣਾ ਹੈ ਹਾਂ ਭਾਈ ਮਜ਼ਾ ਆ ਗਿਆ ਗੱਡੀ ਦੇਖ ਕੇ ਵੀ ਤੇ ਤੈਨੂੰ ਮਿਲ ਕੇ यार मित्र आप जो कहते ना कहा मित्र पाकिस्तानी अपना मुंडा पाकिस्तानी गड्डी ली है लैक्सस तो लैक्सस तुम्हें पता कि काम में मशहूर है यदा इंटीरियर यदि स्टेबिलिटी फेमस है एन पूरे प्रॉपर तरीके मैं अंदरों दिखा दूँ गड्डी बिल्कुल तरीके वधिया घैंट तरीके है ना क्यों सलीम है बिल्कुल लैक्सस बंदा अपना भजरी बहुत है भाई ने मतलब चलो मिलदे तुहानू असीं फिर करदे आं गलबात भाई की खाना दस लभो कुछ पुलाओ ते पक्का खाना ही खाना वो तो बेस्ट वन अफगानी रेस्टोरेंट अफगानी माहौल जिहड़ी चीज आपां पसंद है पुलाओ अफगानी पुलाओ ते गोश्त कढ़ाई फिर ना रोटी आनी है तुहानूं दिखा देंगे नाल ठीक है मतलब सेल्फ एड ठीक है ठीक है ठीक है उठा पै गया
ਇਦਾਂ ਬੋਲਦਾ ਸ਼ਾਇਦ ਇਦਾਂ ਹੀ ਬੰਦਾ ਸਰਵ ਕਰਨ ਲੱਗਿਆ ਹੋਇਆ ਤੇ ਹੈਗਾ ਸਟਾਰਟਰ ਬਈ ਸਾਡਾ ਠੀਕ ਆ ਤੇ ਉਧਰ ਔਲ ਜੇ ਪਏ ਨੇ ਟਰੈਕਰ ਦੇ ਵਿੱਚ ਔਲ ਤਾਂ ਲਿਆ ਉਹਨਾਂ ਨੇ ਮੈਨੂੰ ਤਾਂ ਬੰਨਣਾ ਨਹੀਂ ਆਉਂਦਾ ਉਹਨਾਂ ਨੂੰ ਤੁਹਾਨੂੰ ਮੈਂ ਦਿਖਾ ਦਾ ਆਪਣੀ ਬਿਲਡਿੰਗ ਜਿੱਥੇ ਆਪਾਂ ਰਹਿੰਦੇ ਹਾਂ ਉਹ ਸਾਹਮਣੇ ਬਿਲਡਿੰਗ ਆਪਾਂ ਰਹਿੰਦੇ ਹਾਂ ਤੇ ਇਹ ਸਾਹਮਣੇ ਆਪਣਾ ਰੈਸਟੋਰੈਂਟ ਆ ਇੰਨੀ ਕੁ ਨੇੜੇ ਆਪਣਾ ਖਾਣ ਪੀਣ ਦਾ ਬੰਦੋਬਸਤ ਆ ਨਾ ਸਮਝ ਆਵੇ ਤਾਂ YouTube 'ਤੇ ਚੈੱਕ ਕਰ ਲਓ ਅਫਗਾਨੀ ਪਲਾਓ ਦੇ ਅਸੀਂ ਫੈਨ ਆ ਆਲਵੇਜ਼ ਖਾਂਦੇ ਆ ਪਾ ਕੇ ਤਾਂ ਨਿੱਕੇ ਨਿੱਕੇ ਮਿੱਠੇ ਮਿੱਠੀਆਂ ਗੱਲਾਂ ਹੀ ਕਰਕੇ ਨਾ ਝੰਮ ਜਾਂਦਾ ਸਾਰਾ ਕੁਛ ਹੀ ਤੇ ਸਾਰਾ ਖਾਲੀ ਕਰਕੇ ਫਿਰ ਇਲਜ਼ਾਮ ਦੂਜਿਆਂ ਤੇ ਲਾਉਂਦਾ ਰੋਗੀ ਰੋਟੀ ਹੋ ਗਈ ਹਾਜ਼ਮ ਆ ਨਾ ਅਸਲੀ ਭੱਜ ਕੇ ਚੱਲ ਕੱਢ ਲਾ ਗੇੜਾ ਲੈ ਵੀ ਸਲਿਮ ਉਹ ਬਈ ਮਿੱਤਰ ਲੈ ਕੇ ਆ ਗੱਡੀ ਹਾਂ ਪਹਿਲਾਂ ਅਸੀਂ ਕਰਕੇ ਆ ਪੇਟ ਪੂਜਾ ਹਾਂ ਰੱਜ ਕੇ ਹੁਣ ਬੈਠਿਆ ਨਹੀਂ ਜਾ ਰਿਹਾ ਰੋਟੀ ਖਾਧੀ ਇਹਨੂੰ ਪੂਰੀ ਦੱਬ ਕੇ ਗੋਸ਼ਤ ਗਿਆ ਅੰਦਰ ਤੇ ਆਹ ਮਿੱਤਰ ਆਪਣਾ ਤੇ ਇਹ ਲੈ ਕੇ ਆਇਆ ਲੈਕਸਸ ਗੱਡੀ ਲੈਕਸਸ ਹਾਂ ਇਹ ਹੁਣ ਸਾਡੇ ਤੋਂ ਪਾਸ ਕਰਾਉਣ ਲੈ ਕੇ ਆਇਆ ਹੋਇਆ ਹੁਣ ਅਸੀਂ ਟਰਾਈ ਲਵਾਂਗੇ ਪਾਸ ਕਰਾਂਗੇ ਲੈਕਸਸ ਵੈਸੇ ਪਾਸ ਤਾਂ ਪਹਿਲਾਂ ਹੀ ਆ ਸਹੀ ਗੱਲ ਪਰ ਸਾਡੀ ਪਾਸਿੰਗ ਬਿਨਾਂ ਗੱਲ ਨਹੀਂ ਬਣਨੀ ਚੱਲੀਏ ਫਿਰ ਕਰੋ ਬਿਸਮਿਲ੍ਲਾ ਜੀ ਆਹਾਹਾ ਨਜ਼ਾਰਾ ਯਾਰ ਲੈਕਸਸ ਨੂੰ ਨਾ ਕੀ ਬਾਤ ਹੈ ਚਲਾਉਣ ਦਾ ਇਹਦੇ ਵੀ ਆਪਣੀ ਮਸਟੈਂਗ ਵਾਂਗੂ ਮਾਈਲ ਤੇ ਕਿਲੋਮੀਟਰ ਦੋਨੇ ਮੀਟਰ ਦਾ ਮਤਲਬ ਦੋਨੇ ਪਾਸੇ ਵਾਲੇ ਸਾਈਡ ਕਿਹੜੇ ਕੰਮ ਕਰਦੇ ਹੁੰਦੇ ਆ ਸਲੇਮੇ ਆਇਆ ਨਜ਼ਾਰਾ ਕਿ ਨਹੀਂ ਰੋਕਟ ਫੜਾਦੇ ਥੋੜਾ ਰੋਕਟ ਬਝਾਉਣੀ ਹੈ ਤੇ ਜਿੰਨੀ ਕੁ ਤੁਹਾਡਾ ਕੈਪੈਸਿਟੀ ਹੈਗੀ ਆ ਵੀ ਆਪਾਂ ਮੇਨਟੇਨ ਕਰ ਸਕਦੇ ਹਾਂ ਰੋਡ ਦੇ ਉੱਤੇ ਉਹੀ ਬਸ ਥੱਲੇ ਚਲੋ 10 ਪੁਆਇੰਟ ਥੱਲੇ ਚਲੋ ਅਗਰ 140 ਆ 20 ਪੁਆਇੰਟ ਉੱਤੇ ਚਲਾ ਗਿਆ ਕੈਮਰਾ ਖਾਇਆ ਐਸੀ ਆਪਣੇ ਦੋਸਤ ਜੀ ਲਿਆਂਦੀ ਹੋਈ ਨਵੀਂ ਲੈਕਸਸ ਅਤੇ ਉਹਨੇ ਲਈ ਆ ਬੰਦੇ ਨੇ ਕਾਰ ਆਪਾਂ ਰਿਵਿਊ ਕਰ ਲਿਆ ਮਿੱਤਰ ਨੂੰ ਮਿਲਿਆ ਡਿਨਰ ਵੀ ਕਰ ਲਿਆ ਹੁਣ ਇਹਦਾ ਜਾਣ ਦਾ ਟਾਈਮ ਆ ਗਿਆ ਮੁੰਡੇ ਦਾ ਤਾਂ ਆਪਾਂ ਨੂੰ ਫ੍ਰੀ ਔਫ ਕਰਾ ਲਿਆ ਇਹ ਬਈ ਬੰਦਾ ਲੈ ਕੇ ਆਇਆ ਖੀਰ ਅਤੇ ਖੀਰ ਅਸੀਂ ਜਾ ਕੇ ਸਵੇਰੇ ਖਾਵਾਂਗੇ ਹੁਣ ਤਾਂ ਬੋਲ ਅਤੇ ਹੁਣ ਓਕੇ ਵੀਰੇ